लोकसभा चोणा लई पंजाब सब तो ज्यादा खिच दा केंद्र बनिया होया है, जिथे लोकसभा चोणा च कुछ ही दिन बाकी ने, जिसनू देखते हुए सारिया पार्टियां वालों पूरे जोरां शोरां नाल अपनी जित लई चोण प्रचार किए जा रहे ने। पंजाब दियां खतरनाक सीटां चो एक है गुरदासपुर, जिथे कांग्रेस पार्टी दे पंजाब प्रधान सुनील जाखड़ अते भाजपा दे उम्मीदवार अते फिल्मी एक्टर सनी देओल विचकार कड़ी टक्कर देखण नू मिल रही है। सुनील जाखड़ दे चोण प्रचार लई पंजाब दे कैबिनेट मंत्री तृप्त राजेंद्र सिंह बाजवा पठानकोट दे पोआ हल्के च पहुंचे, जिथे उन्हां ने मीडिया दे सवालां दा जवाब दिंदिया अकाली भाजपा दे आप नू अपने निशाने ते रखिया। बाजवा ने सुखबीर सिंह बादल दे खालिस्तान वाले बयान दा जवाब दिंदिया कहा कि अग लाउण दी कोशिश कैप्टन अमरिंदर सिंह दी नहीं सगो बादल कर रहे ने, अते जो अग प्रकाश सिंह बादल ने 1973 च लगाई सी ओ हुण तक लगी हुई है। अग तां सुखबीर ने लाई है, अग वड्डे बादल साहब ने 1973 जिहड़ा अमृतसर च नरकारी कांड होया सी उदों दी अग वड्डे बादल साहब दी शुरू कीती हुई है, जिहड़ी अज तक हजे तक सुलगण रही है। ਸੋ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਇਹ ਬਾਦਲ ਪਰਿਵਾਰ ਦੀ ਲਾਈ ਹੋਈ ਅੱਗ ਆ। ਇਸ ਮੌਕੇ ਬਰਗਾੜੀ ਮੋਰਚੇ ਤੇ ਬੋਲਦਿਆਂ ਬਾਜਪਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਰਿਆਮ ਕਹਿ ਰਹੇ ਨੇ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਸਾਬਕਾ ਮੁੱਖ ਮੰਤਰੀ ਹੀ ਕਿਉਂ ਨਾ ਹੋਣ, ਸਭ ਤੇ ਬਣਦੀ ਕਾਰਵਾਈ ਕਰ ਸਜ਼ਾ ਦਵਾਈ ਜਾਵੇਗੀ। ਜਦੋਂ ਕੋਈ ਸਬੂਤ ਲੱਭਿਆ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ। ਦੂਜੇ ਪਾਸੇ ਆਪ ਦੇ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਲੀਡਰ ਖਰੀਦਣ ਦੇ ਦੌਰ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਕੋਲ ਪਹਿਲਾਂ ਵੀ 78 ਵਿਧਾਇਕ ਨੇ, ਉਹਨਾਂ ਨੂੰ ਕਿਸੇ ਦੇ ਵੀ ਵਿਧਾਇਕ ਖਰੀਦਣ ਦੀ ਜ਼ਰੂਰਤ ਨਹੀਂ, ਪਰ ਹਾਂ ਜੋ ਆਪਣੇ ਆਪ ਚੱਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚਦਾ ਹੈ ਉਸਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਬਾਜਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਕਾਂਗਰਸ ਤੇ ਇਲਜ਼ਾਮ ਲਗਾਉਣ ਤੋਂ ਚੰਗਾ ਹੈ ਆਪਣੇ ਵਿਧਾਇਕਾਂ ਅਤੇ ਆਪਣੇ ਕਰਮਚਾਰੀਆਂ ਨੂੰ ਇਕੱਠਾ ਰੱਖੇ ਅਤੇ ਉਹਨਾਂ ਦਾ ਸੁੱਖ ਦੁੱਖ ਸੁਣੇ। ਸਾਨੂੰ ਖਰੀਦਣ ਦੀ ਕੋਈ ਲੋੜ ਨਹੀਂ, ਸਾਡੇ ਕੋਲ 78 MLA ਪਹਿਲਾਂ ਹੀ ਆ, ਅਸੀਂ MLA ਕੋਲ ਖਰੀਦ ਰਹੇ ਹਾਂ। ਕੈਪਟਨ ਸਾਹਿਬ ਕਿਤੇ ਨਹੀਂ ਗਏ, ਕੈਪਟਨ ਸਾਹਿਬ ਦੇ ਘਰ ਚੱਲ ਕੇ MLA ਆਉਂਦੇ, ਜਿਹੜਾ ਘਰ ਆਇਆ ਉਹਨੂੰ ਜੀ ਐਂ ਕਹਿ ਦਿੱਤਾ। ਆਮ ਪਾਰਟੀ ਟੁੱਟ ਰਹੀ ਹੈ, ਦਿੱਲੀ ਦੇ ਵਿੱਚ ਵੀ ਇੱਕ ਆਮ ਪਾਰਟੀ ਦਾ MLA ਟੁੱਟ ਕੇ BJP ਚਲਾ ਗਿਆ ਵਾ। ਸੋ ਬਜਾਏ ਸਾਡੇ ਤੇ ਇਲਜ਼ਾਮ ਲਾਉਂਦੇ, ਆਪਣੇ MLA ਨੂੰ ਰਾਜ਼ੀ ਕਰਨ, ਉਹਨਾਂ ਨੂੰ ਇਕੱਠਿਆਂ ਰੱਖਣ, ਉਹਨਾਂ ਦੇ ਦੁੱਖ ਸੁੱਖ ਪੁੱਛਣ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।